ਇਹ ਹੈ ਵੀ ਪੰਜਾਬ ਸਰਕਾਰ ਨੇ ਤਾਂ ਕੀ ਕਰਨਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਵੀ ਦੋਗਲੀ ਹੈ, ਉਦਾਂ ਦੀ ਕੈਪਟਨ ਅਮਰਿੰਦਰ ਦੀ ਭੂਮਿਕਾ ਜਿੱਦਾਂ ਦੀ ਸੁਖਬੀਰ ਬਾਦਲ ਦੀ, ਸਮਝ ਗਏ? ਹੁਣ ਤਾਂ ਲੜਾਈ ਜਿਹੜੀ ਹੈ ਬਿਲਕੁਲ ਆਖਰੀ ਚਰਨ 'ਚ ਹੈ ਔਰ ਕਿਸਾਨ ਇੱਕ ਮਹੀਨੇ ਤੋਂ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਹੈ। ਹੁਣ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕੰਮ 'ਤੇ ਲਿਖਿਆ ਪੜ੍ਹਨਾ ਚਾਹੀਦਾ ਔਰ ਇਹ ਗੱਲ ਮੁਕਾਉਣੀ ਚਾਹੀਦੀ ਹੈ। ਔਰ ਪ੍ਰਧਾਨ ਮੰਤਰੀ ਦੇਸ਼ ਦਾ ਐਡਾ ਵੱਡਾ ਮੁਲਕ ਆ, ਉਹਨੇ ਜਵਾਨ ਅਤੇ ਕਿਸਾਨ ਦੇ ਨਾਲ ਪੇਚਾ ਪੈ ਗਿਆ, ਇਹ ਕੋਈ ਦੇਸ਼ ਦੇ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ ਹੈਗੇ। ਜੇ ਕਿਸਾਨ ਅਤੇ ਜਵਾਨ ਦੇਸ਼ ਦੀ ਸ਼ਕਤੀ 'ਚੋਂ, ਸਮੁੱਚੀ ਸ਼ਕਤੀ 'ਚੋਂ ਮਨਫੀ ਕਰਦੇ ਹੋ ਤਾਂ ਪਿੱਛੇ ਤਾਂ ਫਿਰ ਅਡਾਨੀ ਅਤੇ ਅੰਬਾਨੀ ਰਹਿ ਜਾਂਦੇ ਨੇ ਜਾਂ ਨਰਿੰਦਰ ਮੋਦੀ ਰਹਿ ਜਾਂਦਾ। ਮੈਂ ਪੁੱਛਣਾ ਚਾਹੁੰਦਾ ਵੀ ਜਿਹੜੀ ਉਹਦੀ 56 ਇੰਚ ਦੀ ਛਾਤੀ ਹੈ, ਉਹਦੇ ਜਿਹੜਾ ਦਿਲ ਹੈ, ਉਹ ਸਿਰਫ ਅਡਾਨੀਆਂ ਅਤੇ ਅੰਬਾਨੀਆਂ ਲਈ ਉਹ ਧੜਕਦਾ ਜਾਂ ਕਦੇ ਦੇਸ਼ ਦੇ ਕਿਸਾਨ ਲਈ ਵੀ ਧੜਕ ਰਿਹਾ? ਅਤੇ ਮੈਂ ਆਸ ਕਰਦਾ ਕਿ 30 ਨੂੰ ਉਹ ਦਿਲ ਜਿਹੜਾ ਪਿਛਲੇ 6 ਸਾਲਾਂ ਤੋਂ ਅੰਬਾਨੀ ਅਤੇ ਅਡਾਨੀ ਨਹੀਂ ਧੜਕ ਰਿਹਾ, ਉਹ ਦਿਲ ਹੁਣ ਕਿਸਾਨ ਲਈ ਵੀ ਧੜਕੇਗਾ ਅਤੇ ਮਸਲੇ ਦਾ ਹੱਲ 30 ਤਰੀਕ ਨੂੰ ਕਰਨਾ ਚਾਹੀਦਾ ਔਰ ਉਹਨੂੰ ਕਿਸਾਨਾਂ ਤੋਂ ਮਾਫ਼ੀ ਮੰਗਣੀ ਚਾਹੀਦੀ। ਅਰਜ਼ ਇਹ ਹੈ ਜੀ ਭਈ, ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵਾਰੀ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਵਿੱਚੇ ਛੱਡ ਕੇ ਲੁਕਵੇਂ ਦਰਵਾਜ਼ੇ ਰਾਹੀਂ ਦੌੜਨਾ ਪਿਆ, ਲੋਕਾਂ ਦੇ ਰੋਹ ਨੂੰ ਵੇਖਦੇ ਹੋਏ, ਕਿਉਂਕਿ ਸੰਗਤਾਂ ਬਾਹਰ ਬਾਜ਼ਾਰਾਂ ਕਰ ਰਹੀਆਂ ਸਨ। ਉਹਦੇ ਵਿੱਚ ਸਿੱਖ ਸੰਗਤਾਂ ਵੀ ਸੀ, ਕਿਸਾਨ ਵੀ ਸੀਗੇ, ਜਿਹੜੇ ਇਸ ਗੱਲੋਂ ਸੁਖਬੀਰ ਹੋਰਾਂ ਨਾਲ ਨਾਰਾਜ਼ ਨੇ। ਇੱਕ ਤਾਂ ਜਿਹੜੀ ਦੋਗਲੀ ਰਾਜਨੀਤੀ ਉਹਨਾਂ ਨੇ ਕਿਸਾਨ ਵਿਰੋਧੀ ਜਿਹੜੇ ਕਾਨੂੰਨ ਬਣੇ ਉਹਨਾਂ ਨੂੰ ਲੈ ਕੇ 3 ਮਹੀਨੇ ਅੱਡੀਆਂ ਚੁੱਕ ਚੁੱਕ ਕੇ ਆਰਡੀਨੈਂਸ ਜੋ ਆਏ ਉਹਨਾਂ ਦਾ ਸਮਰਥਨ ਕੀਤਾ, ਔਰ ਦੂਸਰਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ। ਔਰ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਦੀਵਾਰ 'ਤੇ ਲਿਖਿਆ ਪੜ੍ਹਨਾ ਚਾਹੀਦਾ, ਇਹ ਅੰਡਰ ਕਰੰਟਸ ਨੇ, ਇੰਨਾ ਰੋਹ ਹੈ ਸਾਰੇ ਪੰਜਾਬ 'ਚ ਇਹਨਾਂ ਦੇ ਖਿਲਾਫ਼, ਕਿਸਾਨਾਂ ਵੱਲੋਂ, ਸਿੱਖ ਸੰਗਤਾਂ ਵੱਲੋਂ। ਇਸ ਹਾਲਾਤ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਫੌਰਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਮੁਸਤਫੀ ਹੋ ਜਾਣਾ ਚਾਹੀਦਾ ਔਰ ਉਹਦੇ ਮੁਸਤਫੀ ਹੋਣ ਦੇ ਨਾਲ ਸਾਰੇ ਪੰਥ 'ਚ ਏਕਤਾ ਵੀ ਹੋ ਸਕਦੀ ਹੈ। ਦੂਜੀਆਂ ਸਾਰੀਆਂ ਧਿਰੀਆਂ ਜਿਹੜੀਆਂ ਬਾਦਲ ਪਰਿਵਾਰ ਦੇ ਵਿਰੋਧ 'ਚ ਨੇ, ਉਹ ਵਿਚਾਰ ਕੇ ਸਾਰੇ ਪੰਥ 'ਚ ਏਕਤਾ ਹੋ ਸਕਦੀ ਹੈ।